ਆਮ ਆਦਮੀ ਪਾਰਟੀ ਦੇ ਵੱਲੋਂ 13-0 ਦਾ ਨਾਰਾ ਦਿੱਤਾ ਗਿਆ ਸੀ ਤੇ ਹੁਣ 3 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਨੇ। ਪਾਰਟੀ ਸਮੀਖਿਆ ਕਰ ਰਹੀ ਹੈ, 13 ਸੀਟਾਂ ਸੀ ਜਿੱਤਾਂਗੇ। ਵੱਡਾ ਮੁੱਦਾ ਹੈ ਮਾਈਨਿੰਗ ਦਾ। ਹਾਂ ਜੀ, ਦੀ ਸਰਕਾਰ ਜਿਹੜੀ ਹੈ ਇਹ ਬਰਦਾਸ਼ਤ ਨਹੀਂ ਕਰੂਗੀ। ਇਲੀਗਲ ਕੋਈ ਵੀ ਹੋਵੇ, ਮਾਈਨਿੰਗ ਹੋਵੇ, ਟਰਾਂਸਪੋਰਟ ਹੋਵੇ, ਐਕਸਾਈਜ ਹੋਵੇ। ਪਿਛਲੇ 14 ਦਿਨਾਂ 'ਚ 14 ਮੌਤਾਂ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਵਿਰੋਧੀ ਧਿਰਾਂ ਦੇ ਵੱਲੋਂ ਤੰਜ ਕੱਸੇ ਜਾਂਦੇ ਨੇ ਕਿ ਆਪ ਸਰਕਾਰ ਦੇ ਰਾਜ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ। ਰਾਜਜੀਤ ਵਰਗੇ ਅਫਸਰਾਂ ਨੂੰ ਖਿਲਾਫ਼ ਕਾਰਵਾਈ ਵੀ ਕੀਤੀ ਆ, ਉੱਥੇ ਕਈ ਡਰੱਗ ਲੋਰਡਸ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਆ, ਪੋਲੀਟੀਸ਼ੀਅਨ ਲੋਕ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ। ਬਾਰਡਰ ਸਰਚ ਆਪਰੇਸ਼ਨ ਲਗਾਤਾਰ ਜਾ ਰਹੀ ਹੈ, ਪਰ ਫਿਰ ਵੀ ਕਿੱਥੇ ਕਮੀ ਲੱਗਦੀ ਹੈ? ਸਿਸਟਮ ਦੇ ਵਿੱਚ ਕਮੀ ਹੈ ਜਾਂ ਫਿਰ ਕੰਮ ਕਰਨ ਦੇ ਵਿੱਚ ਕਮੀ ਹੈ? ਸਿਦਸ ਦਾ ਨਾਮ ਜੁੜਦਾ ਸੀ ਸਾਬਕਾ ਮੰਤਰੀਆਂ ਦਾ, ਚਾਹੇ ਅਕਾਲੀ ਕਾਂਗਰਸ ਦੀ ਸਰਕਾਰ ਹੋਵੇ, ਬੀਜੇਪੀ ਦੀ ਕੋਈ ਵੀ ਹੋਵੇ, ਉਹਨਾਂ ਦੇ ਲੀਡਰ ਸਿੱਧੇ ਇਨਵੋਲਵ ਸੀ। ਅੰਮ੍ਰਿਤਪਾਲ ਸਿੰਘ ਜੀ ਵੀ ਤੁਹਾਡੇ ਵਾਂਗ ਲੋਕਾਂ ਦੇ ਫਤਵੇ ਦੇ ਨਾਲ ਅੱਗੇ ਆਏ ਨੇ ਤੇ ਉੱਥੇ ਹੀ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਵੀ ਉਹਨਾਂ ਦੀ ਰਿਹਾਈ ਦੇ ਵਿੱਚ ਪੱਖ ਦੇ ਵਿੱਚ ਆ ਰਹੀਆਂ ਨੇ, ਉਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਰਹੇ? ਲੋਕਾਂ ਦੇ ਫਤਵੇ ਦਾ ਸਤਿਕਾਰ ਹੋਣਾ ਚਾਹੀਦਾ, ਮੇਰਾ ਤੇ ਮੰਨਣਾ। ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਨੂੰ 13 ਨਵੇਂ MP ਮਿਲੇ ਨੇ ਤੇ ਉੱਥੇ ਹੀ ਇੱਕ ਅਜਿਹੇ ਚਿਹਰੇ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਜਿਸ ਨੇ ਵਿਦਿਆਰਥੀ ਸਿਆਸਤ ਤੋਂ ਸ਼ੁਰੂ ਕਰਕੇ ਅੱਜ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਹਿੱਸਾ ਬਣ ਚੁੱਕੇ ਨੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮਲਵਿੰਦਰ ਸਿੰਘ ਕੰਗ ਦੀ। ਆਮ ਆਦਮੀ ਪਾਰਟੀ ਦੇ ਵਿੱਚ ਲਗਾਤਾਰ ਸੇਵਾਵਾਂ ਨਿਭਾ ਰਹੇ ਸਨ ਤੇ ਹੁਣ ਅਨੰਦਪੁਰ ਸਾਹਿਬ ਤੋਂ MP ਨੇ। ਸਰ, ਬਹੁਤ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ। ਸਰ, ਇੱਕ ਵਿਦਿਆਰਥੀ ਜਥੇਬੰਦੀ ਤੋਂ ਸ਼ੁਰੂ ਕਰਕੇ ਪੰਜਾਬ ਯੂਨੀਵਰਸਿਟੀ ਦੀ ਸਿਆਸਤ ਤੋਂ ਸ਼ੁਰੂ ਕਰਕੇ ਅੱਜ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਮੈਂਬਰ ਬਣ ਚੁੱਕੇ ਹੋ, ਹੁਣ ਕਿਸ ਤਰ੍ਹਾਂ ਦਾ ਸਫ਼ਰ ਰਹੇਗਾ? ਆਪਣਾ ਕੰਮ ਹੈ, ਕੰਮ ਕਰੀ ਜਾਣਾ, ਬਾਕੀ ਤਾਂ ਸਮਾਂ ਤੈਅ ਕਰਦਾ ਹੈ, ਲੇਕਿਨ ਕਾਫ਼ੀ ਲੰਮਾ ਚੌੜਾ ਸੰਘਰਸ਼ ਰਿਹਾ ਹੈ ਵਿਦਿਆਰਥੀ ਰਾਜਨੀਤੀ ਤੋਂ ਲੈ ਕੇ ਹੁਣ ਤੱਕ। ਪਰਮਾਤਮਾ ਨੇ ਕਿਰਪਾ ਵੀ ਕੀਤੀ, ਲੋਕਾਂ ਨੇ ਆਸ਼ੀਰਵਾਦ ਦਿੱਤਾ ਹੈ, ਹੁਣ ਵੱਡੀ ਜ਼ਿੰਮੇਵਾਰੀ ਨਿਭਾਉਣ ਦੀ ਇੱਕ ਜਿਹਨੂੰ ਕਹਿ ਸਕਦੇ ਰਿਸਪੋਂਸੀਬਿਲਟੀ ਹੈ। ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਬਤੌਰ ਮੈਂਬਰ ਪਾਰਲੀਮੈਂਟ ਔਰ ਜਿੰਨਾ ਵੀ ਯੂਨੀਵਰਸਿਟੀ ਟਾਈਮ ਦੇ ਸੰਘਰਸ਼ 'ਚੋਂ ਸਿੱਖਿਆ ਹੈ ਉਹ ਡੈਫੀਨੇਟਲੀ ਹੁਣ ਕੰਮ ਆ ਰਿਹਾ ਹੈ। ਸੋ ਲੰਮਾ ਔਰ ਸੰਘਰਸ਼ਮੈਂ ਪੂਰਾ ਜ਼ਿੰਦਗੀ ਰਹੀ ਹੈ ਪਿਛਲੇ 20-22 ਸਾਲ, ਅਲਟੀਮੇਟਲੀ ਇੱਕ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਲੋਕ। ਮਾਨ ਸਾਹਿਬ ਵੀ ਅੱਗੇ ਉਸ ਮੰਚ ਦੇ ਉੱਤੇ ਜਾ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਸੀ, ਤੁਸੀਂ ਕਿਹੜੇ ਕਿਹੜੇ ਮੁੱਦਿਆਂ ਨੂੰ ਚੁੱਕੋਗੇ ਹੁਣ ਜਾ ਕੇ? ਦੇਖੋ, ਮੁੱਦੇ ਤਾਂ ਬਹੁਤ ਹੈ। ਦੇਖੋ, ਮੁੱਦੇ ਤਾਂ ਪੰਜਾਬ ਦਾ ਫਾਈਨੈਂਸ ਦਾ ਇਸ਼ੂ ਹੈ, ਪੰਜਾਬ ਦੇ ਕਈ ਅਦਾਰੇ ਆ ਜਿਹੜੇ ਸੈਂਟਰ ਸਰਕਾਰ ਦੀ ਜਿਹਦੇ 'ਚ ਦਖਲਅੰਦਾਜ਼ੀ ਬਹੁਤ ਵੱਧ ਗਈ ਹੈ, BBMB ਵਰਗੂ ਤਮਾਮ ਔਰ ਬਹੁਤ ਸਾਰੀਆਂ ਸਕੀਮਸ ਹੈ ਜਿਹਦੇ 'ਚ ਪੰਜਾਬ ਨੂੰ ਬਾਹਰ ਰੱਖਿਆ ਜਾਂਦਾ ਕੇਂਦਰ ਸਰਕਾਰ ਦੀਆਂ। ਸਭ ਤੋਂ ਜ਼ਰੂਰੀ ਗੱਲ ਹੈ ਕਿ ਫੈਡਰਲ ਸਟਰਕਚਰ ਮਜ਼ਬੂਤ ਹੋਣਾ ਚਾਹੀਦਾ, ਜੋ ਦੇਸ਼ ਦੇ ਸੰਵਿਧਾਨ ਦਾ ਕੰਸਟੀਟਿਊਸ਼ਨਲ ਫਰੇਮਵਰਕ ਹੈ ਉਹਦੇ 'ਚ ਫੈਡਰਲ ਸਟਰਕਚਰ ਬਿਹਤਰ ਔਰ ਮਜ਼ਬੂਤ ਹੋਵੇ, ਸੂਬਿਆਂ ਨੂੰ ਵੱਧ ਅਧਿਕਾਰ ਮਿਲਣ, ਸੂਬਿਆਂ ਦੇ ਹੱਕ ਪ੍ਰੋਟੈਕਟ ਹੋਣ। ਬਤੌਰ MP ਉਹਦੀ ਵਕਾਲਤ ਕਰਨਾ ਸਾਡੀ ਜ਼ਿੰਮੇਵਾਰੀ ਹੈ। ਕੰਗ ਸਾਹਿਬ, ਆਮ ਆਦਮੀ ਪਾਰਟੀ ਦੇ ਵੱਲੋਂ 13-0 ਦਾ ਨਾਰਾ ਦਿੱਤਾ ਗਿਆ ਸੀ ਤੇ ਹੁਣ 3 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਨੇ ਤੇ ਉਹ 3 ਦੇ ਵਿੱਚੋਂ 1 ਤੁਹਾਨੂੰ ਸੀਟ ਮਿਲੀ ਹੈ। ਪਹਿਲੀ ਵਾਰੀ MP ਦੀ ਚੋਣ ਲੜੀ ਸੀ, ਪਰ ਕੀ ਕਾਰਨ ਰਹੇ ਨੇ? ਪਹਿਲਾਂ ਦੀ ਗੱਲ ਕਰੀਏ ਤਾਂ 92 MLA ਰਹੇ ਨੇ ਪੰਜਾਬ ਦੇ ਵਿੱਚ, ਹਰ ਇੱਕ 9 ਵਿਧਾਨ ਸਭਾ ਸੀਟਾਂ ਹੁੰਦੀਆਂ ਇੱਕ ਹਲਕੇ, ਤਾਂ 6 ਘੱਟੋ ਘੱਟ 6 ਜਾਂ 5 ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਰਹੇ ਨੇ, ਫਿਰ ਕਾਰਨ ਕੀ ਰਹੇ ਨੇ ਜੋ ਇਸ ਸਮੇਂ ਸਿਰਫ 3 ਸੀਟਾਂ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ? ਦੇਖੋ, ਉੱਥੇ ਪਾਰਟੀ ਸਮੀਖਿਆ ਕਰ ਰਹੀ ਹੈ, ਕਿਉਂਕਿ ਸਾਨੂੰ
ਉਮੀਦ ਸੀ 13 ਸੀਟਾਂ ਅਸੀਂ ਜਿੱਤਾਂਗੇ, ਲੇਕਿਨ ਇਹਦੇ 'ਤੇ ਇਮੀਡੀਏਟਲੀ ਵੈਰੀ ਅਰਲੀ ਟੂ ਸੇ ਇੰਨੀ ਜਲਦੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਮਾਨ ਸਾਹਿਬ ਦੀ ਸਰਕਾਰ ਨੇ ਬਹੁਤ ਬਿਹਤਰ ਕੰਮ ਕੀਤੇ ਆ, ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਕਿਸਾਨਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਦੀ ਖੇਤਾਂ ਤੱਕ ਇੱਕ ਬਿਹਤਰ ਕੋਸ਼ਿਸ਼ ਹੋਈ ਆ, ਬਿਜਲੀ ਫਰੀ ਦਿੱਤੀ ਆ, ਮਹਿੰਗਾਈ ਦੇ ਜ਼ਮਾਨੇ 'ਚ ਲੋਕਾਂ ਨੂੰ ਅੱਖਾਂ ਵੱਡਾ ਰਿਲੀਫ ਹੈ। ਉਹ ਕੀ ਕਾਰਨ ਰਹੇ ਆ ਇਹਦੇ 'ਤੇ ਪਾਰਟੀ ਵਿਚਾਰ ਕਰ ਰਹੀ ਹੈ, ਮੰਥਨ ਕਰ ਰਹੀ ਹੈ, ਔਰ ਇਹਦੇ 'ਤੇ ਆਉਣ ਵਾਲੇ ਟਾਈਮ 'ਚ ਹੀ ਕੁਛ ਕਿਹਾ ਜਾ ਸਕਦਾ। ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੋਂ ਦਾ ਸਭ ਤੋਂ ਵੱਡਾ ਮੁੱਦਾ ਹੈ ਮਾਈਨਿੰਗ ਦਾ, ਪਰ ਤੁਸੀਂ ਭਰੋਸਾ ਦਵਾਇਆ ਹਮੇਸ਼ਾ ਕਿ ਉਹ ਮੁੱਦਾ ਹੌਲੀ ਹੌਲੀ ਅਸੀਂ ਚੱਕ ਵੀ ਰਹੇ ਹਾਂ ਅਤੇ ਉਸਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਦਲਾਵ ਨਜ਼ਰ ਆਵੇਗਾ? ਹਾਂ ਡੈਫੀਨੇਟਲੀ, ਦੇਖੋ ਮਾਈਨਿੰਗ ਪਹਿਲਾਂ ਤਾਂ ਸਟੇਟ ਸਪੋਂਸਰ ਹੁੰਦੀ ਸੀ, ਹੁਣ ਜਿੱਥੇ ਵੀ ਕੋਈ ਮਾਮਲਾ ਸਾਹਮਣੇ ਆਉਂਦਾ ਆ ਇਮੀਡੀਏਟਲੀ ਸਰਕਾਰ ਉਸ 'ਤੇ ਐਕਸ਼ਨ ਲੈਂਦੀ ਹੈ। ਇਹ ਗੱਲ ਬੜੀ ਸਪਸ਼ਟ ਹੈ ਕਿ ਭਗਵੰਤ ਮਾਨ ਜੀ ਦੀ ਸਰਕਾਰ ਜਿਹੜੀ ਹੈ ਇਹ ਬਰਦਾਸ਼ਤ ਨਹੀਂ ਕਰੂਗੀ ਇਲੀਗਲ ਕੋਈ ਵੀ ਹੋਵੇ, ਮਾਈਨਿੰਗ ਹੋਵੇ, ਟਰਾਂਸਪੋਰਟ ਹੋਵੇ, ਐਕਸਾਈਜ਼ ਹੋਵੇ। ਸੋ ਇਹ ਸਰਕਾਰ ਦੀ ਜ਼ਿੰਮੇਵਾਰੀ ਵੀ ਆ, ਔਰ ਕਾਫੀ ਹੱਦ ਤੱਕ ਅਸੀਂ ਉਹਦੇ 'ਤੇ ਚੈੱਕ ਵੀ ਲਾਇਆ, ਕੰਟਰੋਲ ਵੀ ਕੀਤਾ ਹੈ। ਹੁਣ ਵੀ ਜਿਹੜਾ ਕੋਈ ਇੱਕਾ ਦੁੱਕਾ ਆਉਂਦੀਆਂ ਕੋਈ ਮਾਮਲੇ ਆਉਂਦੇ ਆ ਤਾਂ ਸਰਕਾਰ ਇਮੀਡੀਏਟਲੀ ਉਹ 'ਤੇ ਐਕਸ਼ਨ ਲੈਂਦੀ ਹੈ। ਸਾਡੀ ਕੋਸ਼ਿਸ਼ ਹੈ ਕਿ ਪਬਲਿਕ ਸਾਈਟਸ ਜਿਹੜੀਆਂ ਆ ਜ਼ਿਆਦਾ ਇਨਕਰੇਜ ਕੀਤੀਆਂ ਜਾਣ, ਲੋਕਾਂ ਨੂੰ ਜ਼ਿਆਦਾ ਰੇਤ ਜਿਹੜੀ ਹੈ ਸਸਤੇ ਔਰ ਮੇਲੇ ਰੇਟ 'ਤੇ, ਔਰ ਇਲੀਗਲ ਜਿਹੜਾ ਮਾਈਨਿੰਗ ਹੈ ਉਹ ਖਤਮ ਹੋਵੇ, ਜਿਹੜਾ ਪ੍ਰਾਈਵੇਟ ਜੇਬਾਂ 'ਚ ਪੈਸਾ ਜਾ ਰਿਹਾ ਹੈ ਉਹ ਸਰਕਾਰ ਦੇ ਖਜ਼ਾਨੇ 'ਚ ਆਵੇ ਔਰ ਲੋਕਾਂ ਦੀ ਬਿਹਤਰੀ 'ਤੇ ਲੱਗੇ। ਪਿਛਲੇ 14 ਦਿਨਾਂ 'ਚ 14 ਮੌਤਾਂ ਦੀ ਗੱਲ ਸਾਹਮਣੇ ਆ ਰਹੀ ਹੈ ਅਤੇ ਵਿਰੋਧੀ ਧਿਰਾਂ ਦੇ ਵੱਲੋਂ ਤੰਜ ਕੱਸੇ ਜਾਂਦੇ ਨੇ ਕਿ ਆਪ ਸਰਕਾਰ ਦੇ ਰਾਜ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ। ਦੇਖੋ ਇਸ ਤਰ੍ਹਾਂ ਹੈ, ਵਿਰੋਧੀ ਧਿਰਾਂ ਜੋ ਮਰਜ਼ੀ ਕਹਿਣ, ਲੇਕਿਨ ਨਸ਼ਿਆਂ ਨੂੰ ਲੈ ਕੇ ਪਿਛਲੇ 2.5 ਸਾਲ ਤੋਂ ਜਦੋਂ ਦੀ ਮਾਨ ਸਾਹਿਬ ਦੀ ਸਰਕਾਰ ਆਈ ਹੈ ਅਸੀਂ ਬਹੁਤ ਸਾਰੇ ਉਪਰਾਲੇ ਕੀਤੇ ਆ ਜਿਹਦੇ 'ਚ ਕੁਛ ਹੱਦ ਤੱਕ ਤਾਂ ਕੰਟਰੋਲ ਹੋਇਆ, ਲੇਕਿਨ ਮੈਂ ਕਹਿੰਦਾ ਵੀ ਸਾਰਾ ਨਹੀਂ ਹੋਇਆ, ਔਰ ਇਹ ਇੰਨੀ ਜਲਦੀ ਹੋ ਵੀ ਨਹੀਂ ਸਕਦਾ ਕਿਉਂਕਿ ਇਹਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਲੱਗੀਆਂ, ਇਹਦੇ 'ਚ ਤਮਾਮ ਇਨਫਲੂਐਂਸ਼ੀਅਲ ਲੋਕ ਜਿਹੜੇ ਆ ਸਮਾਜ ਦੇ ਉਹ ਇਨਵੋਲਵ ਹੈ, ਇਕਨੋਮਿਕ ਇੰਟਰਸਟ ਲੋਕਾਂ ਦੇ ਇਨਵੋਲਵ ਹੈ, ਵੱਡੇ ਪੁਲਿਸ ਦੇ ਅਧਿਕਾਰੀ ਇਨਵੋਲਵ ਹੈ, ਪੋਲੀਟੀਸ਼ੀਅਨ ਇਨਵੋਲਵ ਹੈ, ਔਰ ਇੰਟਰਨੈਸ਼ਨਲ ਬਾਰਡਰ ਇਨਵੋਲਵ ਹੈ। ਹੁਣ ਜਿਹੜੀ ਰਿਪੋਰਟ ਆਈ ਆ ਉਹਦੇ 'ਚ ਤਾਂ ਰੀਸੈਂਟਲੀ ਉਹਦੇ 'ਚ ਤਾਂ ਮਹਾਰਾਸ਼ਟਰ ਔਰ ਗੁਜਰਾਤ 'ਚ ਜਿਹੜੀ ਨਸ਼ੇ ਦੀ ਖੇਪ ਫੜੀ ਗਈ ਆ ਉਹ ਵੀ ਪੰਜਾਬ 'ਚ ਜਿਹੜੀ ਲਿਆਉਣ ਦਾ ਨਵਾਂ ਟ੍ਰੈਂਡ ਸ਼ੁਰੂ ਹੋਇਆ, ਨਵਾਂ ਆਈਡੈਂਟੀਫਾਈ ਹੋਇਆ ਪੂਰਾ ਇਹ ਸਪੋਟ। ਸੋ ਚੁਣੌਤੀਆਂ ਬਹੁਤ ਹੈ, ਲੇਕਿਨ ਮਾਨ ਸਾਹਿਬ ਨੇ ਜਿੱਥੇ ਰਾਜਜੀਤ ਵਰਗੇ ਅਫਸਰਾਂ ਨੂੰ ਖਿਲਾਫ਼ ਕਾਰਵਾਈ ਵੀ ਕੀਤੀ ਆ, ਉੱਥੇ ਕਈ ਜਿਹੜੇ ਡਰੱਗ ਲੋਰਡਸ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਹੈ, ਕਈ ਪੋਲੀਟੀਸ਼ੀਅਨ ਲੋਕ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਹੈ। ਸੋ ਇਹ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ, ਜਾਗਰੂਕ ਕਰ ਰਹੇ ਹਾਂ, ਤਮਾਮ ਤਰ੍ਹਾਂ ਦੇ ਪ੍ਰਿਵੈਂਟਿਵ ਮੇਜਰਸ ਜਿਹੜੇ ਆ ਉਹ ਸਰਕਾਰ ਲੈ ਰਹੀ ਹੈ ਤਾਂ ਕਿ ਇਸ ਤਰ੍ਹਾਂ ਪੂਰੀ ਤਰ੍ਹਾਂ ਕੰਟਰੋਲ ਕਰੀਏ। ਸੋ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜਾ ਸਪੈਸ਼ਲੀ ਜਿਹੜਾ ਸਿੰਥੈਟਿਕ ਡਰੱਗ ਹੈ ਉਹਦੇ ਤੋਂ ਜ਼ਰੂਰ ਪੰਜਾਬ ਨੂੰ ਜਿਹੜਾ ਰਿਲੀਫ ਮਿਲੂਗਾ। ਕੰਗ ਸਾਹਿਬ, ਤੁਸੀਂ ਕੰਮ ਦੀ ਗੱਲ ਕਰੀ, ਜਿਸ ਤਰ੍ਹਾਂ ਸਾਡੀ ਪੁਲਿਸ ਦੇ ਨਾਲ ਵੀ ਗੱਲ ਹੁੰਦੀ ਹੈ ਤਾਂ ਕੋਰਡਨ ਸਰਚ ਆਪਰੇਸ਼ਨ ਲਗਾਤਾਰ ਜਾ ਰਹੀ ਹੈ, ਕੱਲ੍ਹ ਵੀ ਮੋਹਾਲੀ ਦੇ ਵਿੱਚ ਚੈਕਿੰਗਾਂ ਹੋ ਰਹੀਆਂ ਸੀ, ਪੰਜਾਬ ਭਰ ਦੇ ਵਿੱਚ ਚੈਕਿੰਗਾਂ ਹੋ ਰਹੀਆਂ ਨੇ, ਪਰ ਫਿਰ ਵੀ ਕਿੱਥੇ ਕਮੀ ਲੱਗਦੀ ਹੈ? ਸਿਸਟਮ ਦੇ ਵਿੱਚ ਕਮੀ ਹੈ ਜਾਂ ਫਿਰ ਕੰਮ ਕਰਨ ਦੇ ਵਿੱਚ ਕਮੀ ਹੈ? ਕੀ ਕੋਆਰਡੀਨੇਸ਼ਨ ਨਹੀਂ ਵਾਰੀ, ਕੀ ਕਾਰਨ ਰਹੇ ਨੇ? ਜੀ ਦੇਖੋ, ਗੱਲ ਇਹ ਆ ਵੀ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਬਿਮਾਰੀ ਹੈ ਉਹ ਡੀਪ ਰੂਟਡ ਹੈ। ਪਹਿਲੀ ਗੱਲ ਤਾਂ ਉਹਨੂੰ ਇਹ ਨਾ ਸੋਚਿਆ ਵੀ ਰਾਤੋਂ ਰਾਤ ਤਾਂ ਆਈ ਨਹੀਂ, ਕਈ ਦਹਾਕਿਆਂ 'ਚ ਆਈ ਆ ਔਰ
ਉਹ ਜਾਣ 'ਚ ਵੀ ਸਮਾਂ ਤਾਂ ਲੱਗੂਗਾ। ਫਿਰ ਉਹਦੇ 'ਚ ਬਹੁਤ ਸਾਰੇ ਲੋਕ ਇਨਵੋਲਵ ਹੈ ਜਿਨ੍ਹਾਂ ਦੇ ਇਕਨੋਮਿਕ ਇੰਟਰਸਟ ਇਨਵੋਲਵ ਹੈ, ਜਿਹੜੇ ਸਮਾਜ 'ਤੇ ਬਹੁਤ ਜ਼ਿਆਦਾ ਇਨਫਲੂਐਂਸ ਰੱਖਦੇ ਆ ਵੱਖ ਵੱਖ ਤਰੀਕਿਆਂ ਨਾਲ। ਸੋ ਸਟੇਟ ਸਪੋਂਸਰ ਨਹੀਂ ਹੈ ਘੱਟੋ ਘੱਟ ਹੁਣ, ਪਹਿਲਾਂ ਤਾਂ ਸਿੱਧਾ ਸਿੱਧਾ ਨਾਮ ਜੁੜਦਾ ਸੀ ਸਾਬਕਾ ਮੰਤਰੀਆਂ ਦਾ, ਔਰ ਚਾਹੇ ਅਕਾਲੀ ਕਾਂਗਰਸ ਦੀ ਸਰਕਾਰ ਹੋਵੇ, ਬੀਜੇਪੀ ਦੀ ਕੋਈ ਵੀ ਹੋਵੇ, ਉਹਨਾਂ ਦੇ ਲੀਡਰ ਸਿੱਧੇ ਇਨਵੋਲਵ ਸੀ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਸਮਾਂ ਤਾਂ ਕਈ ਚੀਜ਼ਾਂ ਨੂੰ ਲੱਗਦਾ, ਲੇਕਿਨ ਭਗਵੰਤ ਮਾਨ ਜੀ ਦੀ ਸਰਕਾਰ ਦੀ ਕਮਿਟਮੈਂਟ ਹੈ ਲੋਕਾਂ ਨੇ ਇਹਨੂੰ ਰੂਟ ਆਊਟ ਕਰਨਾ, ਉਹ ਕਰਾਂਗੇ। ਭਾਈ ਅੰਮ੍ਰਿਤਪਾਲ ਸਿੰਘ ਜੀ ਵੀ ਤੁਹਾਡੇ ਵਾਂਗ ਲੋਕਾਂ ਦੇ ਫਤਵੇ ਦੇ ਨਾਲ ਅੱਗੇ ਆਏ ਨੇ, ਅਤੇ ਉੱਥੇ ਹੀ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਵੀ ਉਹਨਾਂ ਦੀ ਰਿਹਾਈ ਦੇ ਵਿੱਚ ਪੱਖ ਦੇ ਵਿੱਚ ਆ ਰਹੀਆਂ ਨੇ, ਉਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਰਹੇਗਾ? ਦੇਖੋ ਇਸ ਤਰ੍ਹਾਂ ਹੈ, ਡੈਮੋਕ੍ਰੇਸੀ 'ਚ ਲੋਕਾਂ ਦੀ ਜਿਹੜੀ ਵੋਟ ਹੈ ਉਹ ਸਭ ਤੋਂ ਅਹਿਮ ਹੈ। ਡੈਮੋਕ੍ਰੈਟਿਕ ਤਰੀਕੇ ਨਾਲ ਚੁਣੇ ਗਏ ਲੋਕਾਂ ਦਾ ਜਿਹੜਾ, ਲੋਕਾਂ ਨੂੰ ਜਿਹੜਾ ਚੁਣਿਆ ਹੈ ਉਹ ਸਾਡੇ ਲੋਕਤਾਂਤਰਿਕ ਪ੍ਰਣਾਲੀ ਦਾ ਹਿੱਸਾ ਹੈ, ਅਤੇ ਲੋਕਾਂ ਦੇ ਫਤਵੇ ਦਾ ਸਤਿਕਾਰ ਹੋਣਾ ਚਾਹੀਦਾ, ਮੇਰਾ ਤਾਂ ਮੰਨਣਾ। ਉਸ ਦੇ ਨਾਲ ਹੀ ਬੀਜੇਪੀ ਅਤੇ ਵਿਰੋਧੀ ਧਿਰ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਲੁਧਿਆਣਾ ਤੋਂ ਰਵਨੀਤ ਬਿੱਟੂ ਹਾਰਨ ਤੋਂ ਬਾਅਦ ਵੀ ਅੱਜ ਮੰਤਰੀ ਮੰਡਲ ਦੇ ਵਿੱਚ ਬੈਠੇ ਨੇ, ਤਾਂ ਕੀ ਲੱਗਦਾ ਹੈ ਕਿ ਇੱਕ ਪਾਸੇ ਲੋਕਾਂ ਦਾ ਫਤਵਾ ਜ਼ਰੂਰੀ ਹੁੰਦਾ ਅਤੇ ਦੂਜੇ ਪਾਸੇ ਹਾਰਨ ਤੋਂ ਬਾਅਦ ਵੀ ਉਸ ਕੁਰਸੀ ਦੇ ਉੱਤੇ ਬੈਠੇ ਨੇ? ਦੇਖੋ ਇਹ ਤਾਂ ਉਹਨਾਂ ਨੇ, ਉਹਨਾਂ ਦੀ ਪਾਰਟੀ ਦਾ ਮਾਮਲਾ ਹੈ ਵੀ ਇਹ ਉਹਨਾਂ ਨੇ ਤੈਅ ਕਰਨਾ ਹੈ ਕਿਹਨੂੰ ਮੰਤਰੀ ਬਣਾਉਣਾ ਨਹੀਂ ਬਣਾਉਣਾ, ਇੱਕ ਪੋਲੀਟੀਕਲ ਪ੍ਰੋਸੈਸ ਦਾ ਹਿੱਸਾ ਹੈ। ਇਹ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੇ ਲੋਕਾਂ ਨੇ ਰਿਜੈਕਟ ਕੀਤੇ ਆ ਅਤੇ ਸੁਭਾਵਿਕ ਤੌਰ 'ਤੇ ਉਹਨਾਂ ਨੂੰ ਇੰਨੀ ਆਸਾਨੀ ਨਾਲ ਮੌਕਾ ਮਿਲਣਾ ਵੀ ਨਹੀਂ ਚਾਹੀਦਾ। ਉੱਥੇ ਹੀ ਜੇ ਜਲੰਧਰ ਦੀ ਗੱਲ ਕਰੀਏ ਤਾਂ ਅੱਜ ਉਮੀਦਵਾਰ ਵੀ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ। ਪਹਿਲਾਂ ਉੱਥੇ ਸੁਸ਼ੀਲ ਰਿੰਕੂ MP ਸਨ ਅਤੇ ਫਿਰ ਸ਼ੀਤਲ ਅੰਗੁਰਾਲ ਉੱਥੋਂ ਦੇ ਵਿਧਾਇਕ ਰਹੇ ਸੀ, ਪਰ ਫਿਰ ਵੀ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਸਾਥ ਛੱਡ ਦਿੱਤਾ ਗਿਆ, ਜਦੋਂ ਕਿ ਅਹੁਦੇਦਾਰ ਵੀ ਸਨ। ਹੁਣ ਫਿਰ ਜਿਹੜਾ ਆ ਸ਼ੀਤਲ ਅੰਗੁਰਾਲ ਨੂੰ BJP ਦੇ ਵੱਲੋਂ ਐਲਾਨ ਦਿੱਤਾ ਗਿਆ, ਤਾਂ ਕੀ ਲੱਗਦਾ ਆ ਕਿ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਉਮੀਦਵਾਰ ਨੂੰ ਚੁਣਿਆ ਗਿਆ ਹੈ ਉਹ ਸਾਥ ਦੇਵੇਗਾ ਪਾਰਟੀ ਦਾ? ਹਾਂ, ਕਿਉਂ ਨਹੀਂ ਦੇਵੇਗਾ, ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਉਹ ਸੀਟ ਵੀ ਜਿੱਤਾਂਗੇ। ਬਾਕੀ ਹਰੇਕ ਬੰਦੇ ਦੀ ਫਿਤਰਤ ਇੱਕੋ ਜਿਹੀ ਨਹੀਂ ਹੁੰਦੀ। ਸੋ ਸਾਡੇ ਜਿਹੜੇ ਭਗਤ ਜੀ ਨੂੰ ਅੱਜ ਪਾਰਟੀ ਨੇ ਕੈਂਡੀਡੇਟ ਐਲਾਨਿਆ, ਪਾਰਟੀ ਉਹਨਾਂ ਦੇ ਡਟ ਕੇ ਇਲੈਕਸ਼ਨ ਲੜੂਗੀ ਉਹਨਾਂ ਦਾ, ਔਰ ਉਹ ਡੈਫੀਨੇਟਲੀ ਉਹ ਜਲੰਧਰ 'ਚ ਇਲੈਕਸ਼ਨ ਜਿੱਤਣਗੇ। ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਮੇਨ ਮੁੱਦੇ ਨੇ ਜਿਹੜੇ ਅਨੰਦਪੁਰ ਸਾਹਿਬ ਦੇ ਚੁੱਕਣ ਵਾਲੇ ਨੇ? ਲੋਕਾਂ ਨੇ ਫਤਵਾ ਦਿੱਤਾ ਹੈ, ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਪਾਰਲੀਮੈਂਟ ਵਿੱਚ ਪਹੁੰਚੋਗੇ? ਦੇਖੋ ਮੁੱਦੇ ਤਾਂ ਬਹੁਤ ਹੈ ਸ਼੍ਰੀ ਅਨੰਦਪੁਰ ਸਾਹਿਬ 'ਚ। ਡੰਗਰ ਏਰੀਏ 'ਚ ਡਰਿੰਕਿੰਗ ਔਰ ਇਰੀਗੇਸ਼ਨ ਵਾਟਰ ਦੀ ਸਮੱਸਿਆ ਹੈ, ਗੜਸ਼ੰਕਰ 'ਚ ਜੰਗਲੀ ਜਾਨਵਰਾਂ ਦੀ ਸਮੱਸਿਆ ਹੈ, ਹਿਮਾਚਲ ਨਾਲ ਬਾਰਡਰ, ਪੰਜਾਬ ਮੋਹਾਲੀ 'ਚ ਜਿਹੜੀਆਂ ਇੰਟਰਨੈਸ਼ਨਲ ਏਅਰਲਾਈਨਸ ਹੈ ਜਾਂ ਫਲਾਈਟਸ ਹੈ ਉਹਨਾਂ ਨੂੰ ਇਨਕਰੀਜ਼ ਕਰਨ ਦਾ ਬਹੁਤ ਵੱਡੀ ਡਿਮਾਂਡ ਹੈ। ਖਰੜ 'ਚ ਜਿਹੜਾ ਹੈ ਜੋ ਰੈਜੀਡੈਂਸ਼ੀਅਲ ਏਰੀਆਜ਼ ਹੈ, ਸਮਾਰਟ ਸਿਟੀ ਔਰ ਤਮਾਮ ਜਿਹੜੇ ਭਾਰਤ ਸਰਕਾਰ ਦੇ ਪ੍ਰੋਜੈਕਟ ਉਹਨਾਂ ਦੇ ਰਾਹੀਂ ਲੋਕਾਂ ਨੂੰ ਬਿਹਤਰ ਇਨਫਰਾਸਟ੍ਰਕਚਰ ਦੇਣ ਦੀ, ਔਰ ਇਸੇ ਤਰੀਕੇ ਨਾਲ ਖਰੜ ਆਪਣਾ ਜਿਹੜਾ ਬਲਾਚੌਰ ਹੈ, ਬੰਗਾ ਨਵਾਂ ਸ਼ਹਿਰ, ਉੱਥੇ ਸਪੋਰਟਸ ਨੂੰ ਲੈ ਕੇ ਤਮਾਮ ਲੋਕਾਂ ਦੀਆਂ ਡਿਮਾਂਡਸ ਹੈ ਕਿਉਂਕਿ ਉੱਥੇ ਟੈਲੈਂਟ ਬਹੁਤ ਹੈ, ਤਾਂ ਬਿਹਤਰ ਇਨਫਰਾਸਟ੍ਰਕਚਰ ਲੋਕਾਂ ਨੂੰ ਦਈਏ ਅਤੇ ਉਹਦੇ ਲਈ ਪ੍ਰਯਾਸ ਕਰਾਂਗੇ।
ਉੱਥੇ ਲੋਕਾਂ ਦੀ ਹਮੇਸ਼ਾ ਨਾਰਾਜ਼ਗੀ ਰਹਿੰਦੀ ਹੈ ਕਿ ਸਾਡੇ ਨਾਲ ਜਿੱਤਣ ਤੋਂ ਬਾਅਦ ਆ ਕੇ ਵਿਧਾਇਕ ਹੋਵੇ ਭਾਵੇਂ MP ਹੋਵੇ ਉਹ ਮਿਲਦੇ ਨਹੀਂ ਹੈਗੇ, ਪਰ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਲੋਕ ਵੱਡੀ ਗਿਣਤੀ 'ਚ ਆ ਵੀ ਰਹੇ ਨੇ ਅਤੇ ਤੁਸੀਂ ਉਹਨਾਂ ਨੂੰ ਸਮਾਂ ਵੀ ਦੇ ਰਹੇ ਹੋ, ਪਰ ਹਾਲੇ ਆਉਣ ਵਾਲਾ ਸਮਾਂ ਬਾਕੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਕਿਸ ਤਰ੍ਹਾਂ ਜੁੜੇ ਰਹੋਗੇ? ਦੇਖੋ, ਜਿਹੜਾ ਇਲੈਕਟੋਰਲ ਸਿਸਟਮ ਹੈ ਉਹਦੇ 'ਚ ਤਾਂ ਲੋਕ ਹੀ ਸਭ ਤੋਂ ਸਰਵੋਪਰੀ ਹੈ, ਸਾਰੇ ਤੋਂ ਉੱਪਰ ਹੈ, ਔਰ ਲੋਕ ਜੋ ਫਤਵਾ ਦਿੰਦੇ ਹੈ ਉਹਦਾ ਸਤਿਕਾਰ ਵੀ ਹੋਣਾ ਚਾਹੀਦਾ ਔਰ ਸਾਡਾ ਉਹਨਾਂ ਨਾਲ ਰਿਸ਼ਤਾ ਬਰਕਰਾਰ ਵੀ ਹੋਣਾ ਚਾਹੀਦਾ ਹੈ। ਅਤੇ ਜੇ ਅਸੀਂ ਰਾਜਨੀਤੀ ਲੰਮੀ ਕਰਨੀ ਹੈ ਤਾਂ ਸਾਨੂੰ ਲਗਾਤਾਰ ਲੋਕਾਂ ਨਾਲ ਜੁੜੇ ਰਹਿਣਾ ਚਾਹੀਦਾ, ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵੋਟਰਾਂ ਨੇ ਤਾਂ ਆਪਣਾ ਫਤਵਾ ਦੇ ਦਿੱਤਾ, ਹੁਣ ਸਾਡੀ ਜ਼ਿੰਮੇਵਾਰੀ ਹੈ ਔਰ ਸੁਭਾਵਿਕ ਤੌਰ 'ਤੇ ਹੈ। ਮੈਂ ਤਾਂ ਸਿਰਫ ਇੱਥੇ ਨਹੀਂ, ਮੈਂ ਤਾਂ ਹਰ ਹਲਕੇ 'ਚ ਵੀ ਲੋਕਾਂ ਨੂੰ ਜਾ ਕੇ ਮਿਲ ਰਿਹਾ ਔਰ ਆਉਣ ਵਾਲੇ ਟਾਈਮ 'ਚ ਪ੍ਰੋਪਰ ਇੱਕ ਮਕੈਨਿਜ਼ਮ ਬਣਾਵਾਂਗੇ ਅਸੀਂ, ਲੋਕ ਸਾਡੇ ਆਫਿਸ 'ਚ ਆ ਕੇ ਆਪਣੇ ਮਸਲੇ ਰੱਖਣ ਔਰ ਉਹਨਾਂ ਨੂੰ ਹੱਲ ਕਰਕੇ ਅਸੀਂ ਉਹਨਾਂ ਨੂੰ ਦੱਸੀਏ। ਸੋ ਇਹ ਇੱਕ ਕੰਟੀਨਿਊ ਪ੍ਰੋਸੈਸ ਹੈ ਔਰ ਇੱਕ ਪੋਲੀਟੀਕਲ ਔਰ ਇਲੈਕਟੋਰਲ ਸਿਸਟਮ ਦੀ ਜ਼ਰੂਰੀ ਮੰਗ ਹੈ ਔਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਆਪਣੇ ਲੋਕਾਂ ਦੀ ਕਿਸੇ ਤਰੀਕੇ ਨਾਲ ਨਿਰਾਸ਼ ਨਾ ਕਰਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਕੰਗ ਸਾਹਿਬ। ਤਾਂ ਬਿਲਕੁਲ, ਇਹ ਸੀ ਸਾਡੇ ਨਾਲ ਅਨੰਦਪੁਰ ਸਾਹਿਬ ਦੇ MP ਮਲਵਿੰਦਰ ਸਿੰਘ ਕੰਗ। ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਿੱਥੇ ਬਾਕੀ ਹੁਣ MP ਹੁੰਦੇ ਨੇ ਜਾਂ ਵਿਧਾਇਕ ਹੁੰਦੇ ਨੇ ਤਾਂ ਇਹਨਾਂ ਦੇ ਕਹਿਣਾ ਹੈ ਕਿ ਲੋਕਾਂ ਦੇ ਨਾਲ ਜੁੜ ਕੇ ਕੰਮ ਕਰਾਂਗੇ ਅਤੇ ਲੋਕਾਂ ਦੇ ਮੁੱਦਿਆਂ ਨੂੰ ਹੁਣ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਤੱਕ ਪਹੁੰਚਾ ਕੇ ਰਵਾਂਗੇ। ਕੈਮਰਾ ਪਰਸਨ ਲਾਲਤਾ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।